ਅੰਮ੍ਰਿਤਸਰ ਦੇ ਵਿੱਚ ਅਤੇ ਸੰਸਥਾ ਦੇ ਵੱਲੋਂ ਕੰਪਨੀ ਬਾਗ 'ਚ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ ਨੇ ਇਸ ਮੋਟਰਸਾਈਕਲ ਰੈਲੀ 'ਚ ਭਾਗ ਲਿਆ। ਇਸ ਰੈਲੀ ਦਾ ਮੁੱਖ ਮਕਸਦ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸੀ। ਇਸ ਮੌਕੇ ਮੁੱਖ ਰੂਪ ਤੋਂ ਪਹੁੰਚੀ ਨਵਜੋਤ ਕੌਰ ਸਿੱਧੂ ਦਾ ਕਹਿਣਾ ਸੀ ਕਿ ਦਿਵਯ ਜੋਤੀ ਸੰਸਥਾ ਦੇ ਵੱਲੋਂ ਹਮੇਸ਼ਾ ਹੀ ਨੌਜਵਾਨਾਂ ਨੂੰ ਚੰਗੀ ਪ੍ਰੇਰਣਾ ਮਿਲਦੀ ਹੈ ਅਤੇ ਇਹ ਨੌਜਵਾਨਾਂ ਦੇ ਲਈ ਚੰਗਾ ਕਦਮ ਹੈ। ਧਰਤੀ ਤੇ ਇਹੋ ਜਿਹੇ ਸੰਤ ਭੇਜੇ ਹੈ ਜਿਹੜੇ ਲੋਕਾਂ ਨੂੰ ਸਹੀ ਰਸਤਾ ਦਿਖਾ ਰਹੇ ਹੈ, ਕਿਉਂਕਿ ਕਲਯੁੱਗ ਦੇ ਵਿੱਚ ਕਿਤੇ ਨਾ ਕਿਤੇ ਜੇ ਬਚਾਅ ਹੈਗਾ ਕਲਯੁੱਗ 'ਚ, ਤਾਂ ਮੈਨੂੰ ਤਾਂ ਉਮੀਦ ਸੰਤਾਂ ਤੋਂ ਹੀ ਨਜ਼ਰ ਆਉਂਦੀ ਹੈ ਜਿਹੜੇ ਦਿਵਯਾ ਜੋਤੀ ਜਾਗਰਣ ਵਾਲੇ ਪਹਿਲਾਂ ਵੀ ਬਹੁਤ ਜ਼ਿਆਦਾ ਇਹੋ ਜਿਹੇ ਪ੍ਰੇਰਣਾ ਦੇਣ ਵਾਲੇ ਪ੍ਰੋਗਰਾਮਸ ਕਰਦੇ ਹੈ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਸ ਲੈਵਲ 'ਤੇ ਇਹ ਸਿਖਾਉਂਦੇ ਹੈ, ਸ਼ਾਇਦ ਅੱਜ ਦੇ ਘਰ 'ਚ ਵੀ ਤੁਹਾਡੇ ਮਾਂ ਬਾਪ, ਤੁਹਾਡੇ ਟੀਚਰਸ ਵੀ ਤੁਹਾਨੂੰ ਇਹ ਗੱਲਾਂ ਨਹੀਂ ਸਿਖਾਉਂਦੇ। ਇਹੀ ਸਿਖਾਉਂਦੇ ਡਾਕਟਰ ਇੰਜੀਨੀਅਰ ਬਣ ਜਾਓ, ਲੁੱਟੋ ਲੋਕਾਂ ਨੂੰ, ਪੈਸਾ ਕਮਾਓ, ਪਰ ਇਹ ਨਹੀਂ ਸਿਖਾਉਂਦੇ ਕਿ ਜਿਹੜਾ ਪਰਮਾਤਮਾ ਨੇ ਇਹ ਤੁਹਾਨੂੰ ਸਰੀਰ ਦਿੱਤਾ, ਉਹ ਇਸ ਲਈ ਦਿੱਤਾ ਹੈ ਕਿ ਲੋਕਾਂ ਦੀ ਸੇਵਾ ਕਰੋ, ਹਿਊਮੈਨਿਟੀ ਕਿਵੇਂ ਲੈ ਕੇ ਜਾਓ, ਇਸ ਸਰੀਰ ਨੂੰ ਮੰਦਿਰ ਅਤੇ ਗੁਰਦੁਆਰਾ ਸਮਝੋ। ਇਸ ਸਰੀਰ ਦੇ ਵਿੱਚ ਕੋਈ ਵੀ ਨਸ਼ਾ ਵਾਲਾ, ਜਿਵੇਂ ਸ਼ਰਾਬ ਹੈ, ਦਾਰੂ ਹੈ, ਇਹ ਕੁਛ ਆਪਣੇ ਅੰਦਰ ਨਾ ਵਾੜੋ, ਕਿਉਂਕਿ ਪਰਮਾਤਮਾ ਨੇ ਬੜਾ ਸੋਚ ਬੁੱਝ ਕਰਕੇ ਤੁਹਾਨੂੰ ਇਹ ਹੱਥ ਪੈਰ ਦਿੱਤੇ ਨੇ ਕਿ ਲੋਕਾਂ ਦੇ ਭਲਾ ਕਰਨ ਦੇ ਲਈ ਇਸ ਸ੍ਰਿਸ਼ਟੀ ਨੂੰ ਰਲ ਜੁਲ ਕੇ ਚੰਗਾ ਬਣਾਈਏ। ਸਭ ਤੋਂ ਚੰਗੀ ਇਹ ਗੱਲ ਹੈ ਕਿ ਇਹਨਾਂ ਦੇ ਨਾਲ ਜਿਹੜੇ ਪੇਰੈਂਟਸ ਦੇ ਮਾਧਿਅਮ ਨਾਲ ਬੱਚੇ ਵੀ ਜੁੜਦੇ ਨੇ, ਕਿਉਂਕਿ ਇਸ ਏਜ ਦੇ ਵਿੱਚ ਛੋਟੇ ਉਮਰ ਦੇ ਬੱਚਿਆਂ ਨੂੰ ਲੈ ਕੇ ਜਦੋਂ ਟੀਨੇਜਰਸ ਨੂੰ ਤੁਸੀਂ ਸੰਭਾਲਦੇ ਹੋ, ਤਾਂ ਮੈਨੂੰ ਲੱਗਦਾ ਇਹੀ ਟੀਨੇਜਰਸ ਹੈ ਜਿਹੜੇ ਸਾਡੇ ਪੰਜਾਬ ਨੂੰ ਸੰਭਾਲਣ ਲਵਾਉਣੇ ਹੈ, ਇਹੀ ਟੀਨੇਜਰਸ ਰਖਵਾਲੇ ਹੈ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।